ਬਠਿੰਡਾ ਵਿਜੀਲੈਂਸ ਬਿਊਰੋ ਵੱਲੋਂ ਮਨਪ੍ਰੀਤ ਬਾਦਲ ਦੇ ਨਜ਼ਦੀਕੀਆਂ ਦੇ ਟਿਕਾਣਿਆਂ 'ਤੇ ਅੱਜ ਕੀਤੀ ਗਈ ਰੇਡ। ਦੱਸ ਦਈਏ ਕਿ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਮੇਤ 6 ਲੋਕਾਂ 'ਤੇ ਹੋਏ ਧੋਖਾਧੜੀ ਦੇ ਮੁਕੱਦਮੇ ਤੋਂ ਬਾਅਦ ਵਿਜੀਲੈਂਸ ਵਿਭਾਗ ਵੱਲੋਂ ਜਗ੍ਹਾ ਜਗ੍ਹਾ 'ਤੇ ਰੇਡਾਂ ਕੀਤੀਆਂ ਜਾ ਰਹੀਆਂ ਹਨ, ਲੇਕਿਨ ਹੁਣ ਤੱਕ ਵਿਜੀਲੈਂਸ ਵੱਲੋਂ 3 ਲੋਕਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਮਨਪ੍ਰੀਤ ਦੇ ਨਜ਼ਦੀਕੀ ਸ਼ਰਾਬ ਦੇ ਠੇਕੇਦਾਰ ਦੇ ਬਠਿੰਡਾ ਸਥਿਤ ਮਾਡਲ ਟਾਊਨ ਕੋਠੀ ਵਿੱਚ ਉਹਨਾਂ ਦੀ ਰਿਹਾਇਸ਼ 'ਤੇ ਅੱਜ ਵਿਜੀਲੈਂਸ ਦੀ ਟੀਮ ਵੱਲੋਂ ਚੈਕਿੰਗ ਕਰਨ ਲਈ ਆਇਆ ਗਿਆ, ਪਰੰਤੂ ਕੋਠੀ ਬੰਦ ਹੋਣ ਕਾਰਨ ਵਿਜੀਲੈਂਸ ਦੀ ਟੀਮ ਨੂੰ ਖਾਲੀ ਹੱਥ ਮੁੜਨਾ ਪਿਆ। ਟੀਮ ਵਿੱਚ ਆਏ ਵਿਜੀਲੈਂਸ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਮਾਮਲੇ ਵਿੱਚ ਅਸੀਂ ਪਹਿਲਾਂ ਹੀ 6 ਲੋਕਾਂ ਉੱਪਰ ਮੁਕੱਦਮਾ ਦਰਜ ਕਰ ਚੁੱਕੇ ਹਾਂ, ਜਿਨ੍ਹਾਂ ਵਿੱਚੋਂ 3 ਦੀ ਪੁੱਛਗਿੱਛ ਕੀਤੀ ਜਾ ਰਹੀ ਹੈ, ਔਰ ਬਾਕੀ ਲੋਕਾਂ ਦੀ ਭਾਲ ਲਈ ਸਾਡੀ ਟੀਮ ਵੱਲੋਂ ਜਗ੍ਹਾ ਜਗ੍ਹਾ 'ਤੇ ਰੇਡਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਹੈ ਕਿ ਇਸ ਸ਼ਰਾਬ ਦੇ ਠੇਕੇਦਾਰ ਦੇ ਘਰ ਚੈਕਿੰਗ ਕਰਨ ਦਾ ਮੇਨ ਕਾਰਨ ਇਹ ਹੈ ਕਿ ਜਿਸ ਕੰਪਿਊਟਰ ਦੇ IP ਡਰੈਸ ਤੋਂ ਪਤਾ ਲੱਗਿਆ ਹੈ ਕਿ ਇਹ ਕੰਪਿਊਟਰ ਉਸ ਸ਼ਰਾਬ ਦੇ ਠੇਕੇਦਾਰ ਦਾ ਹੈ ਜਿਸ 'ਤੇ ਵਿਵਾਦਿਤ ਪਲਾਟ ਦਾ ਟੈਂਡਰ ਭਰਿਆ ਗਿਆ ਸੀ। ਲੇਕਿਨ ਅੱਜ ਉਹਨਾਂ ਦੀ ਕੋਠੀ ਵਿੱਚ ਕੋਈ ਨਾ ਹੋਣ ਕਾਰਨ ਗੁਆਂਢੀਆਂ ਨੇ ਦੱਸਿਆ ਹੈ ਕਿ ਉਹ ਇੱਥੇ ਨਹੀਂ ਹਨ, ਇਸ ਲਈ ਅਸੀਂ ਵਾਪਸ ਜਾ ਰਹੇ ਹਾਂ। ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਵਿਜੀਲੈਂਸ ਵਿਭਾਗ ਦੀਆਂ ਟੀਮਾਂ ਵੱਲੋਂ ਮੁਸਤੈਦੀ ਨਾਲ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਕੱਦਮਾ ਨੰਬਰ 21/24/23 ਦਾ ਤੁਹਾਨੂੰ ਪਤਾ ਦਰਜ ਹੈ ਜੀ। ਫੇਸ 1 ਦੇ ਪਲਾਟਾਂ ਦੇ ਸੰਬੰਧ 'ਚ 2 ਪਲਾਟ ਹੋਏ ਸੀਗੇ, ਜਿਨ੍ਹਾਂ 'ਚੋਂ ਕਿ ਸਾਡੇ ਕੋਲ 3 ਬੰਦੇ ਅਰੈਸਟ ਹੈ, 3 ਬੰਦੇ ਹਜੇ ਤੱਕ ਸਾਡੇ ਕੋਲ ਅਰੈਸਟ ਨਹੀਂ ਹੋਏ, ਜਿਨ੍ਹਾਂ ਪ੍ਰਤੀ ਰੇਡਸ ਵਗੈਰਾ ਚੱਲ ਰਹੀ ਹੈ ਜੋ ਵੀ ਮਹਿਕਮੇ ਦੇ ਕੰਮ। ਇਹ 725C ਔਰ 726 ਪਲਾਟ ਨੇ 2 ਫੇਸ 1 'ਚ, ਉਹ ਉਹਨਾਂ ਦੀ ਬੋਲੀ ਹੋਈ ਸੀ 2021 'ਚ, ਉਹ ਬੋਲੀ ਚੜ੍ਹਾਈ ਨਹੀਂ ਗਈ ਕੁਛ, ਉਹਦੇ 'ਤੇ ਜੋ ਹੁੰਦੇ ਆਪਣੇ ਨਕਸ਼ਾ ਗਲਤ ਚੜ੍ਹਾਇਆ ਗਿਆ, ਉਹਨੂੰ ਕਮਰਸ਼ੀਅਲ ਦਿਖਾਇਆ ਗਿਆ, ਇਹ ਸਾਰੀਆਂ ਚੀਜ਼ਾਂ ਕਰਕੇ ਉਸ ਤੋਂ ਬਾਅਦ ਸਰਕਾਰ ਨੂੰ ਕਾਫੀ ਜ਼ਿਆਦਾ ਨੁਕਸਾਨ ਕੀਤਾ ਗਿਆ, ਕਿਉਂਕਿ 3 ਹੀ ਬੰਦਿਆਂ ਨੇ ਬੋਲੀ ਦਿੱਤੀ ਸੀ ਜਿਹਨਾਂ 'ਚੋਂ 2 ਨੂੰ ਬੋਲੀ ਨਿਕਲੇ। ਉਸ ਸੰਬੰਧ 'ਚ 3 ਬੰਦੇ ਅਸੀਂ ਅਰੈਸਟ ਕੀਤੇ ਹੋਏ ਆਲਰੇਡੀ, ਜੋ ਕਿ ਸਾਡੇ ਕੋਲ ਰਿਮਾਂਡ 'ਤੇ ਨੇ। ਸਰ ਕਿੰਨੇ ਬੰਦੇ ਦਾ ਪਰਚਾ ਹੋਇਆ ਜੀ? 6 ਬੰਦੇ ਦਾ ਜੀ। ਸਰ ਕਿਹਦਾ ਘਰ ਹੈਗਾ, ਕਿਹਦੇ ਘਰੇ ਆਏ ਸੀ? ਇਹ ਜਸਵਿੰਦਰ ਸਿੰਘ ਨੇ ਜੁਗਨੂੰ ਨੇ ਜੀ। ਹਾਂਜੀ, ਤੇ ਇਹਦਾ ਕੀ ਰੋਲ ਹੈ ਵਿੱਚ? ਇਹਦਾ ਕੀ ਰੋਲ ਹੈ ਜੀ? ਤਫਤੀਸ਼ ਦੇ ਸੰਬੰਧ 'ਚ ਇਹਨਾਂ ਨੂੰ ਮਿਲਣਾ ਸੀਗਾ ਜੀ। ਹਾਂਜੀ, ਇਹਨਾਂ ਦੇ ਬਿਆਨ ਵਗੈਰਾ ਲੈਣੇ ਸੀਗੇ, ਤੇ ਉਹ ਅੱਜ ਪੜੋਸੀਆਂ ਤੋਂ ਪਤਾ ਕੀਤਾ ਉਹ ਹੈ ਨਹੀਂ ਗੇ, ਘਰ ਹੈ ਨਹੀਂ ਗੇ, ਬਾਕੀ ਉਹਨਾਂ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ, ਜਦੋਂ ਮਿਲਣਗੇ ਫਿਰ ਤੁਹਾਨੂੰ ਦੱਸਦਾਂਗੇ। ਕੋਈ ਅੱਗੇ ਕਾਰਵਾਈ ਦੌਰਾਨ ਕੁਛ ਪਤਾ ਲੱਗਿਆ ਜੀ ਮਨਪ੍ਰੀਤ ਦਾ, ਜਿਸ ਤਰ੍ਹਾਂ ਰੇਡਾਂ ਚੱਲ ਰਹੀਆਂ ਲਗਾਤਾਰ? ਰੇਡਾਂ ਦੇਖੋ ਰੂਟੀਨ 'ਚ ਸਾਡਾ ਜੋ ਵੀ ਸੀਕਰਟ ਵੀ ਆਪਾਂ ਕਹਿ ਸਕਦੇ ਹਾਂ ਨਾ ਜੀ, ਚੱਲ ਰਹੀਆਂ ਤੁਹਾਨੂੰ ਵੀ ਪਤਾ ਹੀ ਹੈ, ਵੱਖ ਵੱਖ ਸਟੇਟਾਂ ਚੱਲ ਰਹੀਆਂ, ਸਾਡੇ ਕੋਲ ਬਕਾਇਦਾ ਰੈਸਟੋਰੈਂਟ ਹੈਗਾ ਉਹਨਾਂ ਦਾ। ਤੇ ਸਰ ਉਹਨਾਂ ਦਾ ਜਿਹੜਾ ਐਫੀਡੈਵਿਟ ਹੈ ਉਹ ਲੱਗਿਆ ਹੋਇਆ, ਜਿਸ 'ਚ 28 ਤਰੀਕ ਨੂੰ ਉਹਨਾਂ ਨੇ ਸਾਈਨ ਵੀ ਕੀਤੇ ਹੋਏ ਨੇ ਜੀ ਹਾਈਕੋਰਟ ਦੇ ਵਿੱਚ, ਆਪਣਾ ਚੰਡੀਗੜ੍ਹ ਤੋਂ ਉਹਨਾਂ ਦਾ ਹੋਇਆ ਜੀ ਐਫੀਡੈਵਿਟ, ਤੇ ਫਿਰ ਉਹ ਜੇ ਸਾਈਨ ਕਿੱਥੋਂ ਹੋ ਗਏ ਉਹਨਾਂ ਦੇ? ਦੇਖੋ ਇਹ ਆਪਾਂ ਇੱਕ ਐਡਵੋਕੇਟ ਨੂੰ ਨਹੀਂ ਕਹਿ ਸਕਦੇ ਕਿ ਆਪਣੇ ਇਹਨੂੰ ਬੰਦੇ ਨੂੰ ਮਿਲ ਨਹੀਂ ਸਕਦਾ, ਨਾ ਹੀ ਆਪਾਂ ਐਡਵੋਕੇਟ ਤੋਂ ਪੁੱਛ ਸਕਦੇ ਹਾਂ ਵੀ ਉਹ ਕਿੱਥੇ ਕਿਉਂ ਮਿਲਿਆ ਕੌਣ ਮਿਲਿਆ, ਉਹਦੀ ਆਪਣੀ ਉਹ ਹੈਗੀ ਹੈ ਹਥਿਆਰ ਨੇ ਉਹਦੇ, ਤੇ ਉਸ ਤੋਂ ਇਸ ਦੇ ਬਾਵਜੂਦ ਵੀ ਸਾਨੂੰ ਜੋ ਵੀ ਜਿੱਥੇ ਇਨਫੋਰਮੇਸ਼ਨ ਮਿਲਦੀ ਹੈ ਉਹ ਤੁਸੀਂ ਰੇਡ ਕਰ ਰਹੇ ਹੋ। ਇਹਨਾਂ ਦਾ ਕਿੰਨਾ ਕੁ ਰੋਲ ਸੀ, ਕਿਸ ਰੋਲ ਨੂੰ ਲੈ ਕੇ? ਨਹੀਂ ਰੋਲ ਬਾਰੇ ਨਹੀਂ ਹੈ ਜੀ ਕੁਛ, ਅਸੀਂ ਉਹਨਾਂ ਤੋਂ ਰੂਟੀਨ 'ਚ ਅਸੀਂ ਕਈ ਪੁਸ਼ਟ ਪੁੱਛਦੇ ਹਾਂ ਜੀ, ਜਿਵੇਂ ਕਿਸੇ ਦਾ ਜਿਵੇਂ ਤੁਹਾਨੂੰ ਪਤਾ ਹੀ ਹੈ IP ਡਰੈਸ ਇੱਕੋ ਸੀਗੇ, ਉਹਨਾਂ ਦੇ ਆਪਣਾ ਕੰਪਿਊਟਰ ਵਗੈਰਾ ਹੈ ਨਾ, ਕੰਪਿਊਟਰ ਵਗੈਰਾ 1-2 ਬਾਰੇ ਪਤਾ ਕਰਨਾ ਸੀਗਾ, ਔਰ ਰੂਟੀਨ 'ਚ ਇਹਨਾਂ ਦੇ ਜੋ ਵੀ ਆਪਣੇ ਜਾਣਕਾਰ ਹੁੰਦੇ ਆ, ਤੁਹਾਡੇ ਜਾਣਕਾਰ ਨੇ ਅਸੀਂ ਤੁਹਾਡੇ ਬਾਰੇ ਪੁੱਛਣਾ ਤਾਂ ਇਹਨਾਂ ਨੂੰ ਪੁੱਛ ਲਾਂਗੇ, ਇਸ ਤਰ੍ਹਾਂ ਕਰਕੇ ਗੱਲ। ਥੈਂਕ ਯੂ।